ਹਾਂ ਜੀ, ਸਾਡਾ ਫਸਟ ਕੁਐਸਚਨ ਹੈਗਾ ਹੈ, ਵਸੋਂ ਦੇ ਪੱਖੋਂ ਭਾਰਤ ਨੂੰ ਸੰਸਾਰ ਵਿੱਚ ਕਿਹੜਾ ਸਥਾਨ ਪ੍ਰਾਪਤ ਹੈਗਾ? ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ, ਦੂਜਾ। ਵਸੋਂ ਦੇ ਪੱਖੋਂ ਭਾਰਤ ਨੂੰ ਜਿਹੜਾ ਸੰਸਾਰ ਵਿੱਚ ਸਥਾਨ ਪ੍ਰਾਪਤ ਹੈਗਾ ਹੈ, ਦੂਜਾ। ਨੈਕਸਟ ਕੁਐਸਚਨ ਵੱਲ ਚਲਦੇ ਹਾਂ, ਖੇਤਰਫਲ ਦੇ ਪੱਖੋਂ ਸੰਸਾਰ ਵਿੱਚ ਭਾਰਤ ਨੂੰ ਕਿਹੜਾ ਸਥਾਨ ਪ੍ਰਾਪਤ ਹੈਗਾ? ਤਾਂ ਜੀ ਖੇਤਰਫਲ ਦੇ ਪੱਖੋਂ ਸੰਸਾਰ ਵਿੱਚ ਭਾਰਤ ਨੂੰ ਜਿਹੜਾ ਸਥਾਨ ਪ੍ਰਾਪਤ ਹੈਗਾ ਉਹ ਹੈਗਾ ਜੀ ਸੱਤਵਾਂ। ਇਸ ਕੁਐਸਚਨ ਦਾ ਡੀ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਹੈਗਾ, ਭਾਰਤ ਦੇ ਕਿਸ ਰਾਜ ਵਿੱਚ ਔਰਤ ਸਾਕਸ਼ਰਤਾ ਦਰ ਜਿਹੜੀ ਸਭ ਤੋਂ ਜ਼ਿਆਦਾ ਹੈਗੀ? ਤਾਂ ਭਾਰਤ ਦੇ ਕੇਰਲ ਰਾਜ ਵਿੱਚ ਔਰਤ ਸਾਕਸ਼ਰਤਾ ਦਰ ਹੈ ਜਿਹੜੀ ਸਭ ਤੋਂ ਜ਼ਿਆਦਾ ਹੈਗੀ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਏ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਵੱਲ ਚਲਦੇ ਹਾਂ। ਨੈਕਸਟ ਕੁਐਸਚਨ ਹੈਗਾ, ਭਾਰਤ ਦੀ ਉੱਤਰੀ ਸਿਰੇ ਯਾਨੀ ਕਿ ਕਸ਼ਮੀਰ ਤੋਂ ਲੈ ਕੇ ਦੱਖਣੀ ਸਿਰੇ ਯਾਨੀ ਕਿ ਕੰਨਿਆਕੁਮਾਰੀ ਤੱਕ ਦੀ ਲੰਬਾਈ ਕਿੰਨੀ ਹੈਗੀ ਹੈ? ਤਾਂ ਭਾਰਤ ਦੇ ਉੱਤਰੀ ਸਿਰੇ ਤੋਂ ਲੈ ਕੇ ਦੱਖਣੀ ਤੱਕ ਦੀ ਜਿਹੜੀ ਲੰਬਾਈ ਹੈਗੀ ਹੈ ਉਹ ਹੈਗੀ ਹੈ 3,214 ਕਿਲੋਮੀਟਰ। ਤਾਂ ਇਸ ਕੁਐਸਚਨ ਦਾ ਸੀ ਆਪਸ਼ਨ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਅਤੇ ਪੂਰਬ ਤੋਂ ਲੈ ਕੇ ਪੱਛਮ ਤੱਕ ਦੀ ਜਿਹੜੀ ਲੰਬਾਈ ਹੈਗੀ ਹੈ ਉਹ ਹੈਗੀ ਜੀ 29-33 ਕਿਲੋਮੀਟਰ। 2,933 ਕਿਲੋਮੀਟਰ ਪੂਰਬ ਤੋਂ ਲੈ ਕੇ ਪੱਛਮ ਤੱਕ ਦੀ, ਅਤੇ ਉੱਤਰ ਤੋਂ ਲੈ ਕੇ ਦੱਖਣ ਤੱਕ ਦੀ ਹੈਗੀ ਹੈ ਜੀ 3,214 ਕਿਲੋਮੀਟਰ। ਨੈਕਸਟ ਕੁਐਸਚਨ ਹੈਗਾ ਜੀ, ਭਾਰਤ ਵਿੱਚ ਲੋਕਤੰਤਰ ਗਣਰਾਜ ਦੀ ਸਥਾਪਨਾ ਕਦੋਂ ਹੋਈ? ਤਾਂ ਭਾਰਤ ਵਿੱਚ ਲੋਕਤੰਤਰ ਗਣਰਾਜ ਦੀ ਜਿਹੜੀ ਸਥਾਪਨਾ ਹੋਈ ਸੀ 26 ਜਨਵਰੀ 1950। ਤਾਂ ਇਸ ਕੁਐਸਚਨ ਦਾ ਜਿਹੜਾ ਬੀ ਆਪਸ਼ਨ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਹੈਗਾ, ਭਾਰਤ ਦੀ ਆਕ੍ਰਿਤੀ ਕਿਹੋ ਜਿਹੀ ਹੈਗੀ ਹੈ? ਤਾਂ ਭਾਰਤ ਦੀ ਜਿਹੜੀ ਆਕ੍ਰਿਤੀ ਹੈਗੀ ਹੈ ਉਹ ਹੈਗੀ ਹੈ ਜੀ ਤ੍ਰਿਪੁਜਾਕਾਰ। ਤਾਂ ਇਸ ਕੁਐਸਚਨ ਦਾ ਜਿਹੜਾ ਸੀ ਆਪਸ਼ਨ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਹਾਂਜੀ, ਨੈਕਸਟ ਕੁਐਸਚਨ ਹੈਗਾ, ਦੇਸ਼ ਵਿੱਚ ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਕਿੰਨੀਆਂ ਹਨ? ਤਾਂ ਸਾਡੇ ਦੇਸ਼ ਵਿੱਚ ਜਿਹੜੀ ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਨੇ ਉਹ ਹਨ 22। ਤਾਂ ਆਪਸ਼ਨ ਡੀ ਹੈ ਜਿਹੜਾ ਇਸ ਕੁਐਸਚਨ ਦਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਦਿੱਤਾ ਹੈ, 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਦੀ ਵਸੋਂ ਪ੍ਰਤੀ ਕਿਲੋਮੀਟਰ ਘਣਤਾ ਕਿੰਨੀ ਹੈਗੀ? ਤਾਂ 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਦੀ ਜਿਹੜੀ ਪ੍ਰਤੀ ਕਿਲੋਮੀਟਰ ਘਣਤਾ ਹੈਗੀ ਹੈ ਉਹ ਹੈਗੀ ਜੀ 382 ਪ੍ਰਤੀ ਕਿਲੋਮੀਟਰ। ਤਾਂ ਇਸ ਕੁਐਸਚਨ ਦਾ ਜਿਹੜਾ ਆਪਸ਼ਨ ਏ ਆਪਣਾ ਕਰੈਕਟ ਹੋ ਜਾਵੇਗਾ। ਫਰੈਂਡ, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਹਾਂਜੀ, ਨੈਕਸਟ ਕੁਐਸਚਨ ਹੈਗਾ, ਮਾਊਂਟ ਐਵਰੈਸਟ ਦੀ ਉਚਾਈ ਕਿੰਨੀ ਹੈਗੀ? ਤਾਂ ਮਾਊਂਟ ਐਵਰੈਸਟ ਦੀ ਜਿਹੜੀ ਉਚਾਈ ਹੈਗੀ ਹੈ ਉਹ ਹੈਗੀ ਜੀ 8,848 ਮੀਟਰ। ਤਾਂ ਇਸ ਕੁਐਸਚਨ ਦਾ ਸੀ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਹੈਗਾ, ਯੋਗ ਚਰਨਾ ਕਿੱਥੇ ਹੈ? ਯੋਗ ਚਰਨਾ ਕਿੱਥੇ ਹੈ? ਤਾਂ ਇਸ ਦਾ ਜਿਹੜਾ ਕਰੈਕਟ ਆਂਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ, ਸ਼ਰਾਵਤੀ ਨਦੀ 'ਤੇ। ਯੋਗ ਚਰਨਾ ਜਿਹੜਾ ਹੈਗਾ ਉਹ ਹੈਗਾ ਜੀ ਸ਼ਰਾਵਤੀ ਨਦੀ 'ਤੇ। ਇਸ ਕੁਐਸਚਨ ਦਾ ਆਪਸ਼ਨ ਬੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਹੈਗਾ, ਹਿਮਾਲਿਆ ਦਾ ਜ਼ਿਆਦਾਤਰ ਭਾਗ ਕਿੱਥੇ ਫੈਲਿਆ ਹੋਇਆ? ਹਿਮਾਲਿਆ ਦਾ ਜ਼ਿਆਦਾਤਰ ਭਾਗ ਜਿਹੜਾ ਕਿੱਥੇ ਫੈਲਿਆ ਹੋਇਆ? ਤਾਂ ਇਸ ਕੁਐਸਚਨ ਦਾ ਆਪਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ, ਤਿੱਬਤ ਵਿੱਚ। ਹਿਮਾਲਿਆ ਦਾ ਜ਼ਿਆਦਾਤਰ ਭਾਗ ਜਿਹੜਾ ਤਿੱਬਤ ਵਿੱਚ ਫੈਲਿਆ ਹੋਇਆ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਹੈਗਾ, ਹਿਮਾਲਿਆ ਪਰਬਤਾਂ ਦੀ ਉਤਪਤੀ ਕਿੱਥੋਂ ਹੋਈ ਸੀ? ਹਿਮਾਲਿਆ ਪਰਬਤ ਦੀ ਉਤਪਤੀ ਕਿੱਥੋਂ ਹੋਈ ਸੀ? ਤਾਂ ਇਹਦਾ ਜਿਹੜਾ ਕਰੈਕਟ ਆਂਸਰ ਹੋ ਜਾਵੇਗਾ ਆਪਸ਼ਨ ਨੰਬਰ ਫਸਟ, ਟੈਥਿਸ ਸਾਗਰ ਤੋਂ। ਹਿਮਾਲਿਆ ਦੀ ਜਿਹੜੀ ਉਤਪਤੀ ਹੋਈ ਸੀ ਉਹ ਹੋਈ ਸੀ ਟੈਥਿਸ ਸਾਗਰ ਤੋਂ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਹਾਂਜੀ, ਨੈਕਸਟ ਕੁਐਸਚਨ ਹੈਗਾ, ਰਾਵੀ ਅਤੇ ਬਿਆਸ ਦੇ ਵਿਚਕਾਰਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ? ਰਾਵੀ ਅਤੇ ਬਿਆਸ ਦੇ ਵਿਚਕਾਰਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ? ਤਾਂ ਵਿਚਕਾਰਲੇ ਭਾਗ ਨੂੰ ਕਿਹਾ ਜਾਂਦਾ ਜੀ ਬਿਸਤ ਦੁਆਬ। ਇਸ ਕੁਐਸਚਨ ਦਾ ਆਪਸ਼ਨ ਫਸਟ ਆਪਣਾ ਕਰੈਕਟ ਹੋ ਜਾਵੇਗਾ, ਬਿਸਤ ਦੁਆਬ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਹੈਗਾ ਜੀ, ਭਾਰਤ ਦਾ ਤ੍ਰਿਪੁਜਾਕਾਰ ਭੂ ਭਾਗ ਕੀ ਕਹਾਉਂਦਾ ਹੈ? ਭਾਰਤ ਦਾ ਤ੍ਰਿਪੁਜਾਕਾਰ ਭੂ ਭਾਗ ਕੀ ਕਹਾਉਂਦਾ ਹੈ? ਤਾਂ ਇਹ ਹੈਗਾ ਜੀ ਪ੍ਰਾਇਦੀਪੀ ਪਠਾਰ। ਇਸ ਕੁਐਸਚਨ ਦਾ ਡੀ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਹੈਗਾ, ਅਰਾਵਲੀ ਪਰਬਤਮਾਲਾ ਵਿੱਚ
माउंट आबू की सब तो उच्ची चोटी केड़ी है? वेरी इंपोर्टेंट क्वेश्चन है गा, फिर तो रिपीट कर देने, रावली पर्वतमाला विच माउंट आबू की सब तो उच्ची चोटी केड़ी हैगी है? तो इनका जो करैक्ट आंसर हो जाएगा ऑप्शन नंबर सी, गुरु शिखर। रावली पर्वतमाला विच माउंट आबू की सब तो उच्ची चोटी केड़ी हैगी है जी? गुरु शिखर। नैक्सट क्वेश्चन वाल चलते हैं। नैक्सट क्वेश्चन हैगा जी, कोकण तट का विस्तार कितने तक है? कोकण तट का विस्तार कितने तक है? तो इनका जो करैक्ट आंसर हो जाएगा ऑप्शन नंबर फर्स्ट, दमन तो गोवा तक। कोकण तट का जो विस्तार है वह है जी दमन तो लेके गोवा तक। नैक्सट क्वेश्चन है, पछमी घाट की मुख्य चोटी कि है? पछमी घाट की मुख्य चोटी जी कि हैगी है? इसका करैक्ट आंसर हो जाएगा ऑप्शन नंबर बी, बाबूला माला। बाबूला माला इनका जो करैक्ट आंसर हो जाएगा पछमी घाट की मुख्य चोटी हैगी है। नैक्सट क्वेश्चन है, सतलुज ब्रह्मपुत्र ते गंगा जल प्रवाह प्रणालियां नाल बनिया मैदान की कहाउंदा है? सतलुज ब्रह्मपुत्र ते गंगा जल प्रवाह प्रणालियां नाल बनिया जड़ा मैदान की कहाउंदा है? तो इनका जो करैक्ट आंसर हो जाएगा ऑप्शन नंबर सी, उत्तरी विशाल मैदान। जिहड़ा इन्हां तिन्हां नाल मिलके जिहड़ा मैदान बनता है वो की कहाउंदा है जी? उत्तरी विशाल मैदान। नैक्सट क्वेश्चन है, अंडेमान द्वीप समूह विच कुल किन्ने द्वीप हैं? अंडेमान द्वीप समूह विच कुल किन्ने द्वीप हैं? तो यह हैं जी 120। ऑप्शन फर्स्ट है जिहड़ा अपना करैक्ट हो जाएगा। नैक्सट क्वेश्चन वाल चलते हैं। नैक्सट क्वेश्चन है जी, निकोबार द्वीप समूह विच कुल किन्ने द्वीप हैं? निकोबार द्वीप समूह विच कुल 18 द्वीप हैं। तो इस क्वेश्चन का ऑप्शन बी है जिहड़ा अपना करैक्ट हो जाएगा। हाँ जी, नैक्सट क्वेश्चन है, भारत के दक्षणी भागों में कौन रुत नहीं होंगी? भारत के दक्षणी भागों में कौन रुत नहीं होंगी? तो भारत के जिहड़े दक्षणी भागों में सर्दी रुत है जिहड़ी नहीं होंगी। इस भाग में क्या है, ज़्यादातर गर्मी पैंदी है, सर्दी रुत है जिहड़ी नहीं होंगी। नैक्सट क्वेश्चन कौन है, तूफानी चक्रवातों को पछमी बंगाल में की कहा जाता है? तूफानी चक्रवातों को पछमी बंगाल में की कहा जाता है? तो इन्हों कहा जाता जी काल विसाखी। ऑप्शन फर्स्ट जिहड़ा अपना करैक्ट हो जाएगा काल विसाखी। तूफानी चक्रवातों को पछमी बंगाल में की कहा जाता है? काल विसाखी। नैक्सट क्वेश्चन है, देश के दे उत्तरी मैदानों में गर्मियों में चलने वाली धूड़ भरी स्थानक पौन की कहा जाता है? देश में उत्तरी मैदानों में गर्मियों में चलने वाली धूड़ भरी स्थानक पौन की कहा जाता है? तो इन्हों कहा जाता है जी लू। ऑप्शन डी है जिहड़ा अपना करैक्ट हो जाएगा। नैक्सट क्वेश्चन है, दक्षण पछमी मानसून की बंगाल की खाड़ी वाली शाखा द्वारा सब तो वध प्रभावित स्थान केड़ा है? जिहड़ी दक्षण पछमी मानसून होंदी है उन्हां दी बंगाल की खाड़ी वाली शाखा द्वारा सब तो वध प्रभावित स्थान केड़ा है? यह है जी सब तो जिहड़ा वध प्रभावित स्थान, मौसिन राम। ऑप्शन सी है जिहड़ा अपना करैक्ट हो जाएगा, मौसिन राम। नैक्सट क्वेश्चन वाल चलते हैं। साडा नैक्सट क्वेश्चन है, वापस जाती हुई अते पूर्वी मानसून तो प्रभावित स्थान की है? जिहड़ी वापस जाती हुई अते पूर्वी मानसून तो जिहड़ा प्रभावित स्थान है वो है जी चेन्नई। ऑप्शन ए है जिहड़ा अपना करैक्ट हो जाएगा, चेन्नई। नैक्सट क्वेश्चन है, संपूर्ण भारत में सब तो वध वर्खा वाले दो महीने केड़े हैं? संपूर्ण भारत में सब तो वध वर्खा वाले दो महीने केड़े हैं? तो वह है जुलाई अते अगस्त। ऑप्शन बी है जिहड़ा अपना करैक्ट हो जाएगा, जुलाई अते अगस्त महीने में सब तो ज़्यादा जिहड़ी वर्खा होंदी है। हाँ जी, नैक्सट क्वेश्चन है, फिर तो रिपीट हो गया, वसो के पक्षों भारत का स्थान केड़ा है? संसार में जिहड़ा भारत का स्थान केड़ा है? तो यह है जी दूजा, ऑप्शन नंबर फर्स्ट जिहड़ा अपना करैक्ट हो जाएगा। नैक्सट क्वेश्चन है, पंजाब विच पूरे देश की लगभग वसो किन्नी जिहड़ी
निवास करती हैगी, तो यह करती है जी 2.3%। ऑप्शन बी है जिहड़ा अपना करैक्ट हो जाएगा कि पंजाब विच पूरे देश की लगभग वसो किन्नी निवास करती है, तो वह करती है जी 2.3%। नैक्सट क्वेश्चन है देश के किन्ने प्रतिशत वसो है जी पेंडू खेतरां विच निवास करती है, देश के किन्ने प्रतिशत वसो पेंडू खेतरां विच निवास करती है, तो यह करती है जी 71%। ऑप्शन डी है जिहड़ा अपना करैक्ट हो जाएगा। नैक्सट क्वेश्चन है 2011 की मर्दशुमारी अनुसार पंजाब विच वसो घनता किन्नी हैगी, 2011 की मर्दशुमारी अनुसार पंजाब विच वसो घनता किन्नी हैगी है, तो यह हैगी है जी 550। ऑप्शन सी है जिहड़ा अपना करैक्ट हो जाएगा। नैक्सट क्वेश्चन वाल चलते हैं, साडा नैक्सट क्वेश्चन है 2011 की मर्दमशुमारी अनुसार देश विच प्रति हज़ार मर्दा पिछे किन्नियां औरतां हन, यानी कि प्रति हज़ार मर्दा पिछे औरतों की संख्या किन्नी हैगी है, तो यह हैगी है जी 944। हाँ जी, अज की वीडियो इतने समाप्त करते हैं। जेकर तुहानू वीडियो चंगी लगी है तो वीडियो नू लाइक करो ते ज़्यादा तो ज़्यादा शेयर करो। जेकर तुसी साडे चैनल ते नवे हो तो चैनल नू जरूर सबसक्राइब करो, तो नाल लगे बैल आइकन भी प्रेस करो ता जो तुहानू साडी हरेक नई वीडियो की नोटिफिकेशन टाइम नाल मिल सके। मिलते हैं नैक्सट वीडियो से, उदों तक दे लई टेक केयर।